पंजाब विधानसभा के पांचवें दिन सेशन खत्म होने के बाद कांग्रेस, आम पार्टी व अन्य पार्टियों के नेता चंडीगढ़ में मीडिया से रूबरू हुए हैं। पांच दिन के सेशन को किस नजरिए से तमाम पार्टियों के नेताओं ने देखा, आइए हम आपको दिखाते हैं। देखिए समाचार एक्सप्रेस की पंजाब विधानसभा सेशन को लेकर एक खास रिपोर्ट। के बहुत सारे इश्यूज ने जिहड़े सवाल असीं कैप्टन अमरिंदर सिंह जी नूं करने सीगे, पर उन्हां दा इक सब तों वड्डा जिहड़ा वादा सीगा मैनिफेस्टो दे विच कि मैं चार हफ्ते सारे माफियाज नूं खत्म कर दूंगा। अज जदों बोलन लगे असीं दो माफिया जिहड़े कि इस समय सिद्धम सिद्धे सरकार दी नक्क हेठ चल रहे ने, सुनाम दे एसडीएम मनजीत कौर और उत्थों दे जिहड़े कांग्रेस दे लीडर ने उन्हां दी रहनुमाई हेठ चल रहे ने, ਉਹਦੇ ਬਾਰੇ ਦੱਸਣਾ ਚਾਹਤੇ। ਸਰਕਾਰ ਨੇ ਸੁਣਨਾ ਉਹਨੂੰ ਮੁਨਾਸਬ ਨਹੀਂ ਸਮਝਿਆ ਹੈਗਾ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕਦੇ ਤੁਸੀਂ ਇਸ ਤਰ੍ਹਾਂ ਸੁਣਿਆ ਕਿ ਕਿਸੇ ਦੇ ਜਨਮ ਤੋਂ ਪਹਿਲਾਂ ਹੀ ਉਸ ਬੰਦੇ ਨੇ ਕਿਸੇ ਦੀ ਸੇਵਾ ਕਰ ਦਿੱਤੀ ਹੋਵੇ? ਵਸੀਅਤ ਬਣਦੀ ਹੈ ਜਾਲੀ, ਆਹ ਡਾਕੂਮੈਂਟ ਨੇ ਸਾਡੇ ਉਹਦੇ ਕੋਲ ਸਾਡੇ ਕੋਲ ਤੇ ਵਿਕਟਮ ਨੇ ਜਿਹੜੇ ਜਿਨ੍ਹਾਂ ਦੇ ਪਰਿਵਾਰ ਦੇ ਸਾਹ ਗੁਰਚਰ ਸਿੰਘ, ਇਹਨਾਂ ਨੂੰ ਅਸੀਂ ਲੈ ਕੇ ਆਏ, ਪਰ ਸਰਕਾਰ ਨਾ ਮਿਲਣਾ ਚਾਹੁੰਦੀ ਨਾ ਸੁਣਨਾ ਚਾਹੁੰਦੀ ਹੈ। ਇਹਦੇ 'ਚ ਇਹਦੇ ਵਿੱਚ ਹਜ਼ੂਰਾ ਸਿੰਘ ਜਿਨ੍ਹਾਂ ਨੇ 1965 ਦੇ ਵਿੱਚ ਆਪਦੇ ਚਾਰ ਬੱਚਿਆਂ ਦੇ ਨਾਲ ਵਸੀਅਤ ਕੀਤੀ, 66 ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ। ਖੜਿਆਲ ਪਿੰਡ ਦੀ ਜ਼ਮੀਨ 24 ਕਨਾਲਾਂ ਦਾ ਬਹੁਤ ਵੱਡਾ ਘਟਾਲਾ ਜਿਹੜਾ ਉਹ ਹੁੰਦਾ, ਔਰ 2014 ਦੇ ਵਿੱਚ ਖਾਨਗੀ ਵਸੀਅਤ ਤਿਆਰ ਕੀਤੀ ਜਾਂਦੀ ਹੈ ਸੁਰਜੀਤ ਸਿੰਘ ਦੇ ਨਾਮ, ਅਤੇ ਉਹ ਵਸੀਅਤ ਉਸ ਬੰਦੇ ਦੇ ਨਾਂ ਕੀਤੀ ਜਾਂਦੀ ਹੈ ਜਿਹਦਾ ਕਿ 1965 ਦੇ ਵਿੱਚ ਜਨਮ ਵੀ ਨਹੀਂ ਹੋਇਆ ਸੀਗਾ। ਸੋ ਇਸ ਕਰਕੇ ਜਨਮ ਤੋਂ ਪਹਿਲਾਂ ਦੀਆਂ ਵਸੀਅਤਾਂ ਨੇ ਜਿਹੜੀਆਂ ਉਹ ਗਲਤ ਸਟੈਂਪਾਂ ਦੇ ਨਾਲ ਉਹ ਸੁਨਾਮ ਦੇ ਵਿੱਚ ਬਣ ਰਹੀਆਂ ਨੇ। ਰਫਟ ਨੰਬਰ 255 ਦੀ ਜੇ ਆਪਾਂ ਗੱਲ ਕਰ ਲਈਏ ਤੇ ਅੱਜ ਤੱਕ 8 ਮਹੀਨੇ ਹੋ ਗਏ, ਐਸਐਸਪੀ ਸੰਗਰੂਰ ਨੇ ਉਹਨਾਂ ਕੋਲੋਂ ਰਿਪੋਰਟ ਮੰਗਿਆ ਪਰ ਨਹੀਂ ਕੀਤੀ ਹੈਗੀ। ਡਿਟੇਲ ਦੇ ਵਿੱਚ ਤੁਹਾਨੂੰ ਸਾਹ ਗੁਰਚਰਨ ਸਿੰਘ ਜੀ ਦੱਸਣਗੇ। ਇਸ ਤੋਂ ਇਲਾਵਾ ਆਹ ਡਾਕੂਮੈਂਟ ਨੇ ਮੇਰੇ ਕੋਲ ਕਿ ਕਿਸ ਤਰੀਕੇ ਦੇ ਨਾਲ ਸਾਡੇ ਉੱਥੇ ਇੱਕ ਕਲੋਨੀ ਕੱਢੀ ਜਿਸਦਾ ਮੁੱਲ ਸੀਗਾ 12 ਕਰੋੜ 15 ਲੱਖ, ਤੇ 12 ਕਰੋੜ 15 ਲੱਖ ਦੀ ਜ਼ਮੀਨ ਦੀ ਰਜਿਸਟਰੀ ਕੀਤੀ ਜਾਂਦੀ ਹੈ 35 ਲੱਖ ਰੁਪਏ ਦੇ ਵਿੱਚ। 96 ਲੱਖ ਜਿਹੜੀ ਸਟੈਂਪ ਡਿਊਟੀ ਬਣਦੀ ਸੀਗੀ ਉਹ ਮਹਿਜ 2.5 ਲੱਖ ਰੁਪਏ ਲੈ ਗਈ, ਯਾਨੀ ਕਿ 94 ਲੱਖ ਦਾ ਚੂਨਾ ਜਿਹੜਾ ਉਹ ਐਸਡੀਐਮ ਸੁਨਾਮ ਵੱਲੋਂ ਲੋਕਲ ਲੀਡਰਾਂ ਦੀ ਸ਼ਹਿ ਦੇ ਉੱਪਰ ਉਹ ਪੰਜਾਬ ਸਰਕਾਰ ਨੂੰ ਲੱਗਦਾ, ਪਰ ਇਹ ਸਰਕਾਰ ਹੈ ਜਿਹੜੀ ਉਹ ਸੁਣਨ ਨੂੰ ਤਿਆਰ ਨਹੀਂ ਹੈਗੀ। ਆਹ ਸਾਰੇ ਦੇ ਸਾਰੇ ਡਾਕੂਮੈਂਟ ਜਿਹੜਾ ਓਰਿਜਨਲ ਇਕਰਾਰਨਾਮਾ ਹੈ, ਬੈਨਾਮਾ ਹੈ, ਉਹ ਸਾਰੇ ਡਾਕੂਮੈਂਟ ਹੈਗੇ, ਪਰ ਸਰਕਾਰ ਕਿਉਂਕਿ ਪੈਸੇ ਜਿਹੜਾ ਉਹ ਉੱਪਰ ਤੱਕ ਆਉਂਦਾ, ਸੋ ਇਸ ਕਰਕੇ ਉਹ ਸੁਣਨ ਨੂੰ ਤਿਆਰ ਨਹੀਂ ਹੈਗੇ। ਇਸੇ ਤਰੀਕੇ ਦੇ ਨਾਲ ਸਾਡੇ ਪਿਛਲੇ ਦਿਨਾਂ ਦੇ ਵਿੱਚ ਜਾਲੀ ਸਟੈਂਪ ਪੇਪਰ ਵੇਚਣ ਦੇ ਬੰਦਿਆਂ ਦੇ ਖਿਲਾਫ ਜ਼ੀਰਕਪੁਰ ਦੇ ਵਿੱਚ FIR ਜਿਹੜੀ ਦਰਜ ਹੁੰਦੀ ਹੈ, ਸਾਡੇ ਸੁਨਾਮ ਦਾ ਬੰਦਾ ਜਿਹਦੀ ਕਿ SDM ਸੁਨਾਮ ਦੇ ਨਾਲ ਗੰਢ ਧੁੱਪ ਵੀ ਰਹੀ ਹੈ, ਉਹਨਾਂ ਦਾ ਜਿਹੜਾ ਅਰੈਸਟ ਹੈ ਉਹ ਹੁੰਦੀ ਹੈ, ਪਰ ਸਰਕਾਰ ਸੁਣਨ ਨੂੰ ਤਿਆਰ ਨਹੀਂ ਹੈਗੀ। ਇਸ ਤੋਂ ਇਲਾਵਾ ਇੱਕ ਬਹੁਤ ਵੱਡਾ ਮਸਲਾ ਜਿਹੜਾ ਕਿ ਟਰਾਂਸਪੋਰਟ ਦੇ ਨਾਲ ਸੰਬੰਧਿਤ ਹੈ, SDM ਸੁਨਾਮ ਵੱਲੋਂ ਸੁਨਾਮ ਦੇ ਵਿੱਚ 2 ਨੰਬਰ ਦੀਆਂ ਜਿਹੜੀਆਂ ਗੱਡੀਆਂ ਉਹਨਾਂ ਦੇ ਉੱਪਰ ਜਾਲੀ, ਇਹ ਮਸਲਾ ਜਿਹੜਾ ਇਹ ਵਕੀਲ ਨੇ ਰਵੀ ਜਿੰਦਲ ਜੀ ਸੰਗਰੂਰ ਤੋਂ ਹਾਈ ਕੋਰਟ ਦੇ ਵਿੱਚ ਜਿਹੜੀ ਰਿਟ ਪਟੀਸ਼ਨ ਉਹ ਮਨਜ਼ੂਰ ਹੋ ਚੁੱਕੀ, ਪਰ ਸਰਕਾਰ ਉਹਦੇ ਉੱਪਰ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈਗੀ। 2 ਨੰਬਰ ਦੀਆਂ ਚੋਰੀ ਦੀਆਂ ਜੰਕ ਕੀਤੀਆਂ ਹੋਈਆਂ ਗੱਡੀਆਂ ਨੇ ਜਿਹੜੀਆਂ ਉਹ ਆਉਂਦੀਆਂ ਨੇ ਪੰਜਾਬ ਦੇ ਵਿੱਚ, 1 ਨੰਬਰ ਉਹਨਾਂ ਦਾ ਇੰਜਨ ਨੰਬਰ 86 ਨੰਬਰ ਹੈ ਜਿਹੜਾ ਉਹ ਹੇਰ ਫੇਰ ਕਰ ਦਿੱਤਾ ਜਾਂਦਾ ਹੈ, ਬਿਨਾਂ NOC ਤੋਂ ਗੱਡੀਆਂ ਰਜਿਸਟਰ ਹੁੰਦੀਆਂ ਨੇ ਤੇ ਉਹਨਾਂ ਦਾ NOC ਹੈ ਜਿਹੜਾ ਉਹ ਦੂਜੇ SDM ਨੂੰ ਕਨਵਰਟ ਕਰ ਦਿੱਤਾ ਜਾਂਦਾ ਹੈ। ਕਰੋੜਾਂ ਰੁਪਏ ਦਾ ਘਪਲਾ ਜਿਹੜਾ ਉਹ ਇਕੱਲੇ ਸੁਨਾਮ ਤਹਿਸੀਲ ਦੇ ਵਿੱਚ ਹੋ ਰਿਹਾ ਹੈ, ਪਰ ਜਿਹੜੇ ਸਾਡੇ SDM ਸੁਨਾਮ ਨੇ ਉੱਥੇ ਉਹ ਸਰਕਾਰ ਦੇ ਨੁਮਾਇੰਦੇ ਨੇ ਜਿਹੜੇ ਉਹਨਾਂ ਦੀ ਸ਼ਹਿ ਦੇ ਉੱਪਰ ਤੁਸੀਂ ਕੋਈ ਮੀਡੀਆ ਜਰਨਲਿਸਟ ਹੈ ਜਿਹੜਾ ਜਾ ਕੇ ਸੁਨਾਮ ਦੇਖ ਲਓ ਕਿਸ ਤਰੀਕੇ ਦੇ ਨਾਲ ਕਚਹਿਰੀਆਂ ਦੇ ਵਿੱਚ ਲੁੱਟ ਮੱਚੀ ਹੋਈ ਹੈ ਔਰ ਸਾਰੇ ਦੇ ਸਾਰੇ ਹਮਾਮ ਦੇ ਵਿੱਚ ਨੰਗੇ ਨੇ, ਲੁੱਟ ਘਸੁੱਟ ਜ਼ੋਰਾਂ ਦੇ ਉੱਪਰ ਹੈ, ਪਰ ਸਰਕਾਰ ਸੁਣਨ ਨੂੰ ਤਿਆਰ ਨਹੀਂ ਹੈਗੀ ਕਿਉਂਕਿ ਮਾਫੀਆ ਖੁਦ ਆਪ ਸਰਕਾਰ ਚਲਾ ਰਹੀ ਹੈ। ਮੈਂ ਹੁਣ ਬੇਨਤੀ ਕਰੂੰਗਾ ਰਵੀ ਜੀ ਨੂੰ ਕਿ ਜਿਨ੍ਹਾਂ ਨੇ ਮਾਮਲੇ ਨੇ ਸਾਰੇ ਐਕਸਪੋਜ਼ ਕੀਤੇ ਨੇ ਸਾਡੇ ਧਿਆਨ ਦੇ ਵਿੱਚ ਲਿਆਂਦੇ ਨੇ ਕਿ ਤੁਹਾਨੂੰ ਬਰੀਫ ਕਰਨਗੇ। ਇੱਕ ਮਿੰਟ ਰੁਕ ਜਾਓ, ਸਾਡੇ ਸਾਥੀ ਸਹਿਬਾਨ ਆ ਰਹੇ ਨੇ। ਜਦੋਂ ਰਾਜਪਾਲ ਦੇ ਭਾਸ਼ਣ ਦੇ ਤੋਂ ਬਾਅਦ ਸਾਰਿਆਂ MLA ਸਹਿਬਾਨ ਨੇ ਆਪਣੇ ਵੱਖ ਵੱਖ ਵਿਚਾਰ ਪੰਜਾਬ ਦੀ ਵਿਧਾਨ ਸਭਾ ਦੇ ਪਵਿੱਤਰ ਸਦਨ 'ਚ ਰੱਖੇ,
ਪੰਜਾਬ ਦੇ ਵੱਖ ਵੱਖ ਮਾਮਲਿਆਂ ਤੇ ਗੱਲ ਕੀਤੀ, ਪੰਜਾਬ ਦੇ ਦਲਿਤ ਵਿਦਿਆਰਥੀਆਂ ਦੀ ਗੱਲ ਹੋਈ, ਸਕਾਲਰਸ਼ਿਪ ਦੀ ਗੱਲ ਹੋਈ, 85ਵੀਂ ਅਮੈਂਡਮੈਂਟ ਦੀ ਗੱਲ ਹੋਈ, 85ਵੀਂ ਸੋਧ ਦੀ ਗੱਲ ਹੋਈ ਕਿ ਉਹ ਪੰਜਾਬ 'ਚ ਲਾਗੂ ਨਹੀਂ ਹੈਗੀ, ਪੰਜਾਬ ਦੇ ਬੇਰੁਜ਼ਗਾਰਾਂ ਦੀ ਗੱਲ ਹੋਈ ਕਿ ਘਰ ਘਰ ਰੁਜ਼ਗਾਰ ਨਹੀਂ ਮਿਲਿਆ, ਪੰਜਾਬ ਦੇ 2500 ਰੁਪਏ ਪੈਨਸ਼ਨ ਦੀ ਗੱਲ ਹੋਈ, 51,000 ਸ਼ਗਨ ਸਕੀਮ ਦੀ ਗੱਲ ਹੋਈ, ਪੰਜਾਬ ਵਿੱਚ ETT ਅਧਿਆਪਕਾਂ ਦੀ ਗੱਲ ਹੋਈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ ਹੋਈ, ਅੰਮ੍ਰਿਤਸਰ ਯੂਨੀਵਰਸਿਟੀ ਦੀ ਗੱਲ ਹੋਈ, ਲੁਧਿਆਣਾ ਯੂਨੀਵਰਸਿਟੀ ਦੀ ਗੱਲ ਹੋਈ, ਪੰਜਾਬ ਦੇ ਪਾਣੀਆਂ 'ਤੇ ਗੱਲ ਹੋਈ, ਵੱਖ ਵੱਖ ਮੁੱਦਿਆਂ ਦੇ ਉੱਤੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਪੋਜ਼ਿਟਿਵ ਪੱਖ ਰੱਖਿਆ ਔਰ ਕੈਪਟਨ ਸਾਹਿਬ ਤੋਂ ਸਵਾਲ ਪੁੱਛੇ। ਅੱਜ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ, ਅੱਜ ਜਦੋਂ ਪੰਜਾਬ ਦੇ CM ਕੈਪਟਨ ਸਾਹਿਬ ਇਹਨਾਂ ਦਾ ਜਵਾਬ ਦੇ ਰਹੇ ਸੀਗੇ, ਇਹਨਾਂ ਸਾਰਿਆਂ ਦਾ ਜਵਾਬ ਦੇ ਰਹੇ ਸੀ, ਬੋਲ ਰਹੇ ਸੀਗੇ, ਤਾਂ ਜਦੋਂ ਪੰਜਾਬ ਦੇ ਕਿਸਾਨਾਂ ਦਾ ਮਾਮਲਾ ਸਾਹਮਣੇ ਆਇਆ, ਜਦੋਂ ਪੰਜਾਬ ਦੇ ਕਿਸਾਨਾਂ ਦੀ ਗੱਲ ਹੋਈ, ਜਦੋਂ 3 ਖੇਤੀਬਾੜੀ ਬਿੱਲਾਂ ਦੀ ਗੱਲ ਹੋਈ, ਖਾਸ ਕਰਕੇ ਜੋ 3 ਖੇਤੀਬਾੜੀ ਬਿੱਲਾਂ ਦੀ ਗੱਲ ਹੋਈ, ਉਦੋਂ ਉਹਨਾਂ ਨੇ ਪੇਸ਼ ਕੀਤਾ ਕਿ ਉਸ ਸਮੇਂ ਦੀ ਦੇਸ਼ ਦੀ ਸਰਕਾਰ ਜਿਹਦੇ ਵਿੱਚ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਸੀਗਾ, ਕਿ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜਿਹੜੇ ਕਿ ਹੁਣ MP ਨੇਗੇ, ਹਰਸਿਮਰਤ ਕੌਰ ਬਾਦਲ ਜੀ, ਸੁਖਬੀਰ ਸਿੰਘ ਬਾਦਲ ਜੀ, ਪ੍ਰਕਾਸ਼ ਸਿੰਘ ਬਾਦਲ ਜੀ ਔਰ BJP ਵਾਲੇ ਨੇ, ਕਿਸ ਤਰ੍ਹਾਂ ਇਹ 3 ਕਾਲੇ ਕਾਨੂੰਨ ਜਿਹੜੇ ਹੈਗੇ ਨੇਗੇ ਉਹ ਦੇਸ਼ ਦੇ ਕਿਸਾਨਾਂ 'ਤੇ ਥੋਪੇ, ਕਿਸ ਤਰ੍ਹਾਂ ਮੌਤ ਦੇ ਬਰੰਟ ਜਿਹੜੇ ਹੈਗੇ ਨੇਗੇ ਅਕਾਲੀ ਦਲ BJP ਵਾਲਿਆਂ ਦੇ ਜਿਹੜਾ ਹੈਗਾ ਦੇਸ਼ ਦੇ ਕਿਸਾਨਾਂ 'ਤੇ ਥੋਪੇ, ਜਦੋਂ ਇਹ ਗੱਲ ਉਹ ਕਰ ਰਹੇ ਸੀ ਵਾਰ ਵਾਰ। ਅਸੀਂ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਾਹਿਬ ਨੂੰ ਕਾਂਗਰਸ ਪਾਰਟੀ ਦਾ ਚੋਣ ਮੈਨੀਫੈਸਟੋ, ਆਹ ਕਾਂਗਰਸ ਪਾਰਟੀ ਦਾ ਚੋਣ ਮੈਨੀਫੈਸਟੋ ਆ ਜਿਹੜਾ ਕਿ ਪਾਰਲੀਮੈਂਟ ਦੀ ਇਲੈਕਸ਼ਨ ਦਾ ਗਾ, ਇਸ ਚੋਣ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ ਗਾ, ਕਿ ਜੇਕਰ ਕੇਂਦਰ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਉਂਦੀ ਆ, ਰਾਹੁਲ ਗਾਂਧੀ ਜਾਂ ਇਹਨਾਂ ਦੇ ਸੋਨੀਆ ਗਾਂਧੀ ਜਾਂ ਕਿਸੇ ਹੋਰ ਦੀ ਸਰਕਾਰ ਆਉਂਦੀ ਆ, ਤਾਂ ਇਹ ਕਾਨੂੰਨ ਲੈ ਕੇ ਆਉਣਗੇ। ਕੀ ਇਸੇ ਤਰ੍ਹਾਂ ਦੇ ਜਿਹੜੇ ਕਾਲੇ ਕਾਨੂੰਨ BJP ਲੈ ਕੇ ਆਈ ਆ, ਉਸੇ ਤਰ੍ਹਾਂ ਦੇ ਕਾਨੂੰਨ ਲੈ ਕੇ ਆਉਣ ਦੀ ਗੱਲ ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕੀਤੀ ਹੋਈ ਆ। ਉਹ ਹੋਰ ਤੁਹਾਨੂੰ ਦੱਸਦਿਆਂ ਕਿ ਉਸ ਚੋਣ ਮੈਨੀਫੈਸਟੋ ਕਮੇਟੀ ਦਾ ਕੌਣ ਪੰਜਾਬ ਤੋਂ ਮੈਂਬਰ ਸੀਗਾ, ਪੰਜਾਬ ਦਾ ਫਾਈਨਾਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ, ਜਿਹਦਾ ਕਿ ਦੇਸ਼ ਦਾ ਚੇਅਰਮੈਨ ਕੌਣ ਸੀਗਾ, P Chidambaram, ਦੋਨੇ ਵਿਅਕਤੀ ਇਹਨਾਂ ਨੇ ਜਿਹੜਾ ਹੈਗਾ ਚੋਣ ਮੈਨੀਫੈਸਟੋ ਬਣਾਇਆ ਸੀਗਾ। ਔਰ ਉਸ ਤੋਂ ਬਾਅਦ ਭਰਾਵੋ ਸਭ ਤੋਂ ਵੱਡੀ ਗੱਲ ਜਿਹੜੀ ਸਾਹਮਣੇ ਆਈ ਉਹ ਇਹ ਸੀਗੀ ਕਿ ਜਿਹੜਾ ਨੀਤੀ ਆਯੋਗ ਆ, ਦੇਸ਼ ਦਾ ਨੀਤੀ ਆਯੋਗ ਆ ਜਿਹੜਾ ਨੀਤੀਆਂ ਕਰਦਾ ਗਾ, ਨੈਸ਼ਨਲ ਇੰਸਟੀਚਿਊਟ ਫਾਰ ਟਰਾਂਸਫਾਰਮਿੰਗ ਇੰਡੀਆ, ਇਹਦਾ ਜਿਹੜੀ ਆ ਇਹਦਾ ਜਿਹੜਾ ਡਿਪਾਰਟਮੈਂਟ ਹੈਗਾ, ਇਹਨਾਂ ਨੇ ਐਗਰੀਕਲਚਰ ਵਰਟੀਕਲ ਸਬਜੈਕਟ ਦੇ ਤਹਿਤ ਇੱਕ ਕਮੇਟੀ ਬਣਾਈ ਸੀਗੀ। ਉਹ ਕਿਹੜੀ ਕਮੇਟੀ ਸੀ? ਉਹ ਹਾਈ ਪਾਵਰ ਮੁੱਖ ਮੰਤਰੀਆਂ ਦੀ ਕਮੇਟੀ ਸੀਗੀ। ਉਸ ਕਮੇਟੀ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਨਹੀਂ ਸੀਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਵਿੱਚ ਖੇਤੀਬਾੜੀ ਸੁਧਾਰ ਹੋਣ ਜਾ ਰਹੇ ਨੇਗੇ, ਕਿਸਾਨਾਂ ਦੀ ਆਮਦਨ ਦੁੱਗਣੀ ਹੋਣ ਜਾ ਰਹੀ ਆ, ਮੈਨੂੰ ਇਸ ਕਮੇਟੀ ਦਾ ਹਿੱਸਾ ਬਣਾਓ। ਕੈਪਟਨ ਸਾਹਿਬ ਉਸ ਕਮੇਟੀ ਦਾ ਹਿੱਸਾ ਬਣੇ, ਉਸ ਕਮੇਟੀ ਦਾ ਖੁਦ ਲੈਟਰ ਲੈ ਕੇ ਹਿੱਸਾ ਬਣੇ। ਅਸੀਂ ਆ ਇੱਕ RTI ਦੇ ਤਹਿਤ ਰਾਈਟ ਟੂ ਇਨਫੋਰਮੇਸ਼ਨ ਜਿਹੜਾ ਹੈਗਾ ਉਹਦੇ ਤਹਿਤ ਇੱਕ ਮਨੀਸ਼ ਚੌਧਰੀ ਜੀ ਨੂੰ ਅਪਲਾਈ ਕੀਤਾ ਸੀਗਾ, ਅਸੀਂ ਨੀਤੀ ਆਯੋਗ ਨੂੰ ਅਪਲਾਈ ਕੀਤਾ ਸੀਗਾ ਔਰ ਨੀਤੀ ਆਯੋਗ ਨੇ ਆਹ ਸਾਨੂੰ ਲੈਟਰ ਭੇਜਿਆ ਗਾ। ਇਹ ਲੈਟਰ ਦੇ ਵਿੱਚ ਕੀ ਲਿਖਿਆ ਗਾ ਕਿ ਪਹਿਲੇ ਮੈਂਬਰ ਜਿਹੜੇ ਹੈਗੇ ਨੇ ਮਹਾਰਾਸ਼ਟਰ ਦੇ CM, ਦੂਸਰੇ ਮੈਂਬਰ ਹਰਿਆਣੇ ਦੇ CM, ਤੀਸਰੇ ਮੈਂਬਰ ਅਰੁਣਾਚਲ ਪ੍ਰਦੇਸ਼ ਦੇ CM, ਚੌਥੇ ਮੈਂਬਰ ਗੁਜਰਾਤ ਦੇ CM, ਪੰਜਵੇਂ ਮੈਂਬਰ ਉੱਤਰ ਪ੍ਰਦੇਸ਼ ਦੇ CM, ਛੇਵੇਂ ਮੈਂਬਰ ਮੱਧ ਪ੍ਰਦੇਸ਼ ਦੇ CM ਔਰ 7ਵੇਂ ਨੰਬਰ 'ਤੇ ਪੰਜਾਬ ਦੇ ਮੁੱਖ ਮੰਤਰੀ, ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਆਉਂਦਾ ਗਾ। ਇਸ ਜਿਹੜੀ ਇਨਫੋਰਮੇਸ਼ਨ ਸਾਨੂੰ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਮਿਲੀ ਆ, ਉਸ ਦੇ ਵਿੱਚ ਬੜਾ ਸਪਸ਼ਟ ਲਿਖਿਆ ਆਇਆ ਗਾ। ਮੈਂ ਦੇਸ਼ ਦੇ ਕਿਸਾਨਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ ਇਸ ਸੰਬੰਧੀ ਆਗਾਹ ਕਰਨਾ ਚਾਹੁੰਦਾ ਗਾ ਕਿ ਇਹਦੇ ਵਿੱਚ ਲਿਖਿਆ ਗਿਆ ਟੂ ਐਗਜ਼ਾਮਨ ਦੀ ਵੇਰੀਅਸ ਪ੍ਰੋਵੀਜ਼ਨ ਆਫ ਐਸੈਂਸ਼ੀਅਲੀ ਕਮੋਡਿਟੀ ਐਕਟ, ਜਿਹੜਾ ਐਸੈਂਸ਼ੀਅਲੀ ਕਮੋਡਿਟੀ ਐਕਟ ਆਇਆ ਗਾ, ਜਿਹੜਾ ਜ਼ਰੂਰੀ ਵਸਤਾਂ ਦਾ ਐਕਟ ਆਇਆ ਗਾ, ਉਹਦੇ 'ਤੇ ਸੁਧਾਰ ਕਰਨ ਦੀ ਗੱਲ ਲਿਖੀ ਆ ਕਿ ਆ ਕੇ ਆਪਣੇ ਸੁਝਾਅ ਜਿਹੜੇ ਪੇਸ਼ ਕਰੋ। ਇਹਦੇ ਵਿੱਚ ਮਾਰਕੀਟ ਆ, ਮਾਰਕੀਟ ਰਿਫੋਰਮ ਦੀ ਗੱਲ ਕੀਤੀ ਆ ਕਿ ਕਿਸ ਤਰ੍ਹਾਂ ਈ-ਨੇਮ ਗ੍ਰਾਮ ਜਿਹੜੀਆਂ ਉਹ ਬਣਾਈਆਂ ਜਾਣਗੀਆਂ। ਇਹਦੇ ਵਿੱਚ ਮਾਡਰਨ ਮਾਰਕੀਟਿੰਗ ਇਨਫਰਾਸਟ੍ਰਕਚਰ ਦੀ ਗੱਲ ਕੀਤੀ ਗਈ ਆ। ਇਹਦੇ ਵਿੱਚ ਐਗਰੀਕਲਚਰ ਸੈਕਟਰ ਦੇ ਵਿੱਚ ਜਿਹੜੀ ਪ੍ਰਾਈਵੇਟ ਸੈਕਟਰ ਨੂੰ ਕਿਵੇਂ ਲੈ ਕੇ ਆਉਣਾ ਗਾ, ਜਿਹੜਾ ਕਿ ਅਡਾਨੀਆਂ ਅਵਾਨੀਆਂ ਨੂੰ ਕਿਵੇਂ ਲੈ ਕੇ ਆਉਣਾ ਗਾ, ਉਹਦੀ ਗੱਲ ਕੀਤੀ ਗਈ ਆ। ਔਰ ਅੱਜ ਜਿਹੜੀ ਹੈਰਾਨੀਜਨਕ ਗੱਲ ਸਾਹਮਣੇ ਆਈ, ਮੁੱਖ ਮੰਤਰੀ ਨੇ ਕਿਹਾ ਕਿ ਮੈਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਇਆ। ਸਭ ਤੋਂ ਪਹਿਲਾਂ ਤਾਂ ਇਹ ਕੰਡੈਮ ਕਰਨ ਵਾਲੀ ਗੱਲ ਆ, ਇਹਦੀ ਨਿਖੇਧੀ ਕਰਨ ਵਾਲੀ ਗੱਲ ਆ। ਜਿਸ ਖੇਤੀ ਸੁਧਾਰਾਂ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਖੁਦ ਮੈਂਬਰ ਬਣਿਆ ਹੋਵੇ, ਉਹਦੀ ਨੌਲੇਜ ਦੇ ਵਿੱਚ ਹੋਵੇ, ਉਹਨੂੰ ਪਤਾ ਹੋਵੇ ਕਿ ਕਾਨੂੰਨ ਬਣਨ ਜਾ ਰਹੇ ਨੇ, ਕਿ ਆਪ ਮੈਂਬਰ ਬਣ ਕੇ ਉਹਦੇ ਵਿੱਚ ਨਾ ਜਾਣਾ, ਇਹ ਪੰਜਾਬ ਦੇ ਕਿਸਾਨਾਂ ਦੇ
ਪਿੱਠ ਛੁਰਾ ਮਾਰਨ ਲੱਗਾ, ਇਹ ਪੰਜਾਬੀਆਂ ਦੀ ਪਿੱਠ ਛੁਰਾ ਮਾਰਨ ਲੱਗਾ, ਪੰਜਾਬ ਦੇ ਪਿੱਠ ਛੁਰਾ ਮਾਰਨ ਲੱਗਾ ਬਰਾਬਰ ਆ, ਕਿਉਂਕਿ ਆਪ ਖੁਦ ਨੂੰ ਇਹ ਗੱਲ ਪਤਾ ਹੁੰਦੇ ਮੁੱਖ ਮੰਤਰੀ ਨੂੰ ਮੀਟਿੰਗ ਦੇ ਵਿੱਚ ਨਹੀਂ ਗਿਆ। ਇਹ ਮੈਂ ਸਮਝਦਾ ਬਹੁਤ ਹੀ ਨਿਖੇਧੀ ਵਾਲੀ ਗੱਲ ਆ, ਇਹਨੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ, ਪੰਜਾਬ ਦੇ ਆਵਾਮ ਨਾਲ ਧੋਖਾ ਕੀਤਾ, ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ। ਔਰ ਦੂਜੀ ਮੀਟਿੰਗ ਕੀ ਸੀਗੀ, ਕਿਉਂਕਿ ਮਨਪ੍ਰੀਤ ਸਿੰਘ ਬਾਦਲ ਦਾ ਮੈਂ ਨਾਮ ਲਿਆ, ਕਹਨ ਸਿੰਘ ਪੰਨੂ ਰਿਟਾਇਰਡ IAS ਅਫਸਰ ਗਿਆ ਸੀ। ਇਹ ਗੱਲ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਫਲੋਰ ਦੇ ਉੱਤੇ ਪੰਜਾਬ ਦੇ ਫਾਈਨਾਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਨੇ ਮੰਨੀ, ਕਿਹਾ ਕਿ ਮੈਂ ਗਿਆ ਸੀਗਾ। ਉਹਨਾਂ ਨੇ ਇੱਕ ਲੈਟਰ ਜਿਹੜਾ ਹੈਗਾ ਉਸ ਉੱਥੇ ਰੱਖਿਆ ਕਿ ਮੈਂ ਲੈਟਰ ਰੱਖਦਾਗਾ ਕਿ ਅਸੀਂ ਇਹਨਾਂ ਐਕਟਾਂ ਦਾ ਵਿਰੋਧ ਕਰਕੇ ਆਏਗੇ। ਉਹਨਾਂ ਲੈਟਰ ਪੜ੍ਹਿਆ ਨਹੀਂ ਹੈਗਾ, ਇਹ ਨਹੀਂ ਪਤਾ ਉਹ ਲੈਟਰ ਦੇ ਵਿੱਚ ਕੀ ਆ। ਲੈਟਰ ਰੱਖ ਕੇ ਆ ਗਏ ਕਿ ਅਸੀਂ ਇਹਨਾਂ ਦਾ ਵਿਰੋਧ ਕੀਤਾ ਗਾ। ਇਹ ਜਿਹੜਾ ਇਹ ਮੀਟਿੰਗ ਕਦੋਂ ਹੋਈ ਸੀਗੀ, ਜਦੋਂ ਇਹਨਾਂ ਖੇਤੀ ਕਾਨੂੰਨਾਂ ਦਾ ਖਰੜਾ ਤਿਆਰ ਹੋ ਰਿਹਾ ਸੀਗਾ, ਜਦੋਂ ਇਹ ਖੇਤੀ ਕਾਨੂੰਨ ਬਣ ਰਹੇ ਸੀਗੇ। ਫਿਰ ਹੈਰਾਨੀ ਦੀ ਗੱਲ ਆ, ਫਿਰ ਮੈਂ ਪੁੱਛਣਾ ਚਾਹੁੰਦਾ ਕੈਪਟਨ ਸਾਹਿਬ ਨੂੰ, ਮੈਂ ਪੁੱਛਣਾ ਚਾਹੁੰਦਾ ਕਾਂਗਰਸ ਪਾਰਟੀ ਨੂੰ, ਮੈਂ ਪੁੱਛਣਾ ਚਾਹੁੰਦਾ ਅਮਰਪ੍ਰੀਤ ਸਿੰਘ ਬਾਦਲ ਨੂੰ, ਜਦੋਂ ਤੁਹਾਨੂੰ ਪਤਾ ਲੱਗ ਗਿਆ ਸੀਗਾ ਕਿ ਕਾਲੇ ਕਾਨੂੰਨ ਬਣਨ ਜਾ ਰਹੇ ਨੇਗੇ, ਕਾਲੇ ਕਾਨੂੰਨ ਆ ਰਹੇ ਨੇਗੇ, ਪੰਜਾਬ 'ਤੇ ਲਾਗੂ ਹੋਣਗੇ, ਪੰਜਾਬ ਦੇ ਕਿਸਾਨਾਂ 'ਤੇ ਗਏ, ਫਿਰ ਤੁਸੀਂ ਜਿਹੜਾ ਹੈਗਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕਿਉਂ ਨਹੀਂ ਬੁਲਾਈ? ਫਿਰ ਤੁਸੀਂ ਸਾਰੀਆਂ ਆਲ ਪਾਰਟੀ ਲੋਕਾਂ ਦੀ ਮੀਟਿੰਗ ਕਿਉਂ ਨਹੀਂ, ਪੋਲੀਟੀਕਲ ਪਾਰਟੀਆਂ ਦੀ ਮੀਟਿੰਗ ਕਿਉਂ ਨਹੀਂ ਬੁਲਾਈ? ਫਿਰ ਤੁਸੀਂ ਪੰਜਾਬ ਦੇ ਲੋਕਾਂ ਨੂੰ ਕਿਉਂ ਨਹੀਂ ਸੱਦਾ ਦਿੱਤਾ? ਫਿਰ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਨਹੀਂ ਅਗਾਹ ਕੀਤਾ? ਕਿਉਂਕਿ ਇਹ ਝੂਠ ਬੋਲਦੇ ਨੇਗੇ, ਅੰਦਰ ਖਾਤੇ ਇਹ ਵੀ BJP ਨਾਲ ਰਲੇ ਹੋਏ ਸੀ। ਇਹਨਾਂ ਦਾ ਚੋਣ ਮੈਨੀਫੈਸਟੋ ਆ, ਉਹ ਆਪਣੇ ਚੋਣ ਮੈਨੀਫੈਸਟੋ ਦੀ ਜਿਹੜੀ ਆਤਮਾ ਗੀ ਉਹਦੇ ਵਿੱਚ ਲਿਖਿਆ ਗਿਆ, ਉਹ ਚੋਣ ਮੈਨੀਫੈਸਟੋ ਦੀ ਆਤਮਾ ਨੂੰ ਜਿਹੜਾ ਹੈਗਾ BJP ਦੇ ਥਰੂ ਲਾਗੂ ਕਰਵਾਉਣਾ ਚਾਹੁੰਦੇ ਸੀਗੇ। ਅੱਜ ਅਸੀਂ ਇਸ ਗੱਲ ਨੂੰ ਲੈ ਕੇ ਵਾਕਆਊਟ ਕੀਤਾ ਗਿਆ ਕਿ ਤੁਸੀਂ ਵੱਡੇ ਵੱਡੇ ਨਾਅਰੇ ਮਾਰ ਰਹੇ ਹੋ, ਵੱਡੇ ਵੱਡੇ ਲਾਰੇ ਲਾ ਰਹੇ ਹੋ ਕਿ ਅਸੀਂ ਕਿਸਾਨ ਦੇ ਪੱਖ ਦੇ ਵਿੱਚ ਹਾਂ, ਅਸੀਂ ਕਿਸਾਨਾਂ ਦੀ ਗੱਲ ਕਰ ਰਹੇ ਹਾਂ, ਅਸੀਂ ਕਾਨੂੰਨ ਰੱਦ ਕਰਤੇ। ਪਰ ਲੇਕਿਨ ਭਰਾਵੋ, ਇਹ ਕਾਲੇ ਕਾਨੂੰਨ ਲੈ ਕੇ ਆਉਣ ਦੇ ਵਿੱਚ ਕੈਪਟਨ ਸਾਹਿਬ ਨੂੰ ਪਤਾ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਸੀ ਕਿ ਕੀ ਸੋਧ ਹੋਣ ਜਾ ਰਹੀ ਆ, ਕੀ ਬਿੱਲ ਆ ਰਹੇ ਨੇ। ਪੰਜਾਬ ਦੇ ਫਾਈਨਾਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਨੂੰ ਪਤਾ ਸੀਗਾ, ਉਹਨੇ ਅੱਜ ਮੰਨਿਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ, ਔਰ ਪੰਜਾਬ ਦੇ ਜਿਹੜਾ ਐਗਰੀਕਲਚਰ ਸੈਕਟਰੀ ਸੀਗਾ ਉਹਨੂੰ ਪਤਾ ਸੀਗਾ। ਸੋ ਸਰਕਾਰ, ਕੈਪਟਨ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈਗੀ। ਕੈਪਟਨ ਸਾਹਿਬ ਨੇ ਪੰਜਾਬ ਦੇ ਕਿਸਾਨਾਂ ਦੀ ਪਿੱਠ ਛੁਰਾ ਮਾਰਿਆ, ਕਾਂਗਰਸ ਪਾਰਟੀ ਨੇ ਪੰਜਾਬ ਦੀ ਪਿੱਠ ਛੁਰਾ ਮਾਰਿਆ, ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕੀਤਾ। ਆਹ ਤਿੰਨ ਕਾਲੇ ਕਾਨੂੰਨ ਲੈ ਕੇ ਆਉਣ ਦੇ ਵਿੱਚ ਜਿੱਥੇ ਅਕਾਲੀ ਦਲ BJP ਦੀ ਅਹਿਮ ਭੂਮਿਕਾ ਗਈ, ਜਿੱਥੇ ਉਹਨਾਂ ਨੇ ਲੈ ਕੇ ਆਉਂਦੇ ਨੇ, ਮੈਂ ਸਮਝਦਾ ਉੱਥੇ ਕੈਪਟਨ ਸਾਹਿਬ ਵੀ ਆਪਣੇ ਰੋਲ ਤੋਂ ਨਹੀਂ ਪਾ ਸਕਦੇ। ਉਹਨਾਂ ਨੇ ਵੀ ਇਸ BJP ਦੀ ਸਰਕਾਰ ਦੀ ਹਮਾਇਤ ਕੀਤੀ ਆ, ਤਾਂ ਹੀ ਇੱਥੇ ਡਰਾਮੇ ਕਰ ਰਹੇ ਨੇ। ਬਈ ਵਿਕਰਮ ਮਜੀਠੀਆ ਔਰ ਆਮ ਆਦਮੀ ਪਾਰਟੀ, ਮੈਂ ਦੇਖ ਰਿਹਾ ਹਾਂ ਕਿ ਕਈ ਦਿਨ ਤੋਂ ਨਾਟਕ ਕਰ ਰਿਹਾ ਹੈ। ਕਦੀ ਉਹ ਬਿਜਲੀ ਦੇ ਮੁੱਦੇ 'ਤੇ ਨਾਟਕ ਕਰਦੇ ਹੈ, ਕਦੀ ਤੇਲ ਅਤੇ ਡੀਜ਼ਲ ਦੇ ਰੇਟ ਨੂੰ ਲੈ ਕੇ ਨਾਟਕ ਕਰ ਰਿਹਾ ਹੈ, ਔਰ ਕਦੀ ਇਹ ਗੱਲ ਕਹਿ ਰਿਹਾ ਕਿ ਸਰਕਾਰ ਕਰਜ਼ਾ ਚੜ੍ਹਾਈ ਜਾਂਦੀ ਹੈ। ਔਰ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਵਿਕਰਮ ਮਜੀਠੀਆ ਆਪਣੇ ਪਿਛੋਕੜ ਨੂੰ ਭੁੱਲ ਗਏ ਕਿ ਅਗਰ 2.5 ਲੱਖ ਕਰੋੜ ਰੁਪਈਏ ਦਾ ਜੇ ਕਰਜ਼ਾ ਇਹ ਸਟੇਟ ਦੇ ਸਿਰ ਦੇ ਉੱਪਰ ਚੜ੍ਹਿਆ ਤਾਂ ਉਹਦਾ ਦੋਸ਼ੀ ਅਕਾਲੀ ਦਲ ਹੈ, ਜਿਹੜਾ ਪੂਰੀ ਤਰ੍ਹਾਂ 10 ਸਾਲ ਲੁੱਟ ਕੇ ਅਤੇ ਦੇ ਇਹ ਸਟੇਟ ਨੂੰ ਕਰਜ਼ਾਈ ਕਰਕੇ ਗਿਆ। ਔਰ ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਬਜਟ ਹੈ, ਇਹ ਬਜਟ ਦੇ ਵਿੱਚ ਉਹਨਾਂ ਨੂੰ ਪਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਜਟ ਦੇ ਵਿੱਚ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਣਾ ਹੈ। ਹਰ ਵਰਗ ਦੇ ਲੋਕਾਂ ਨੂੰ ਰਿਲੀਫ ਮਿਲਣੀ ਹੈ, ਚਾਹੇ ਪੈਟਰੋਲ ਅਤੇ ਡੀਜ਼ਲ ਦੀਆਂ ਕਹਾਣੀ ਹੋਵੇ, ਚਾਹੇ ਪੈਨਸ਼ਨਾਂ ਦੀ ਗੱਲ ਹੋਵੇ, ਚਾਹੇ ਕਰਮਚਾਰੀਆਂ ਦੀ ਗੱਲ ਹੋਵੇ, ਚਾਹੇ ਇੰਡਸਟਰੀ ਦੀ ਗੱਲ ਹੋਵੇ। ਇਹ ਬਜਟ ਜਿਹੜਾ ਇਹ ਆਉਣ ਵਾਲਾ ਬਜਟ ਜਾਨਦਾਰ ਬਜਟ ਹੈ ਅਤੇ ਇਹ ਮਗਰਮੱਛ ਦੇ ਆਸੂ ਬਹਾ ਰਿਹਾ ਹੈ। ਔਰ ਦੂਸਰੀ ਗੱਲ ਇਹ ਹੈ ਕਿ 31,000 ਕਰੋੜ ਰੁਪਏ ਦੀ CC ਲਿਮਟ ਇਹ ਵਿਡਰਾ ਕਰਕੇ ਕੇਂਦਰ ਸਰਕਾਰ ਨੂੰ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਕਰਕੇ ਗਏ ਹੈ। ਹੁਣ ਬਿਜਲੀਆਂ ਦੀ ਗੱਲ ਕਰਨ ਵਾਲੇ ਉਹਨਾਂ ਨੂੰ ਇੱਕ ਗੱਲ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਪ੍ਰਾਈਵੇਟ ਆਪਣੇ ਪਲੇਅਰ ਦੇ ਨਾਲ ਤੁਸੀਂ ਸਮਝੌਤਾ ਕਰਕੇ ਗਏ ਹੋ 11-12 ਹਜ਼ਾਰ ਕਰੋੜ ਰੁਪਈਆ ਇਹ ਸਟੇਟ ਦੇ ਉੱਪਰ ਬੋਝ ਪਾ ਕੇ ਗਏ ਹੋ ਅਤੇ ਉਹਦੇ ਦੋਸ਼ੀ ਵੀ ਅਕਾਲੀ ਦਲ ਔਰ BJP ਦੀ ਸਰਕਾਰ ਆ। ਔਰ ਮੈਂ ਦੇਖ ਰਿਹਾ ਸੀ ਕਿ ਵਿਕਰਮ ਮਜੀਠੀਆ ਹੁਣ ਇਹ ਕਹਿ ਰਿਹਾ ਸੀ ਬਈ ਜੇ ਸਾਰਾ ਕੁਛ ਕੀਤਾ ਤੇ ਸੁਨੀਲ ਜਾਖੜ ਦੀਆਂ ਲੱਤਾਂ 'ਚ ਜੇ ਜਾਨ ਆ ਤੇ ਪਰਚਾ ਦਰਜ ਕਰਕੇ ਦਿਖਾਏ। ਵਿਕਰਮ ਮਜੀਠੀਆ ਜੀ,
सुनील जाखड़ दे किसे केस की इन्वेस्टिगेशन नहीं हो रही, तुहाडे जीजा साला दे इन्वेस्टिगेशन हो रही है और ये जल्दी सच भी सामने आना है। और लत्तां दा जितों तक तुसीं दम की गल कर रहे हो ते मैं तुहानूं कहांगा विक्रम जिठिया पिक्चर अभी बाकी है, रोता है क्या अभी आगे आगे देखिए होता है क्या। धन्यवाद। लै गया पंजाब विधानसभा वालों के जिहड़ा दिल्ली पुलिस वालों हरियाणा पुलिस वालों टॉर्चर ब्रुटैलिटी के इंसीडेंट्स होए ने और तिहाड़ जेल जी कंप्लेंट्स आई कि उत्थे गुरसिख नौजवानों दी पग्गां उछालियां गई, दाड़ियां पुट्टियां गई, कुटमार की गई है, उहदा प्रस्ताव कमर संधू एम एल ए खरड़ ने जब सारे बुलारियां ने गल उठाई उहदे विच लगभग सारिया पार्टियां दे ने यह गल उठाई कि इहदा एक सांझी हाउस कमेटी बननी चाहिए आ जिहड़ी इह सारी गल की तहकीकात करे कि कौन लोग जिम्मेवार सीगे, तिहाड़ दे जेल विच किहड़ा लोगों ने टॉर्चर किया, पग्गां लाइया धार्मिक जज्बातों उन्होंने जरा सी ठेस पहुँचाई कि इन्होंने नौदीप कौर हरियाणा पुलिस कुटिया तो प्राइवेट पार्ट्स डैमेज किए, इस तरह ही शिव कुमार किसने कुटमार की। और आ जे मेरे हाथ में तस्वीर है बड़ी इंपोर्टेंट है, रणजीत सिंह की तस्वीर है, ये नैशनल इंटरनेशनल मीडिया वालों कोर्ट हुई है, शायद तुम्हें तस्वीर क्लीयर नहीं दिस रही, एक पुलिस वाला रणजीत सिंह अपनी जुत्ती थले रौंद रहा वो सिर पग न उसके केसों को, इस एस एच ओ ने जो 29 जनवरी को बीजेपी के बदमाशा ते गुंडिया ने जो सिंघू बॉर्डर ते हमला किया सीगा और पुलिस की शमूलियत के नाल इस रणजीत सिंह नू नाले तक कुटिया गया, तोहीन की गई, पग लाई गई, जिदा किसी वेले अमरीका दे विच थोड़े महीने पहले जॉर्ज फ्लॉयड नू एक अमेरिका के पुलिस वाले ने एक काले नू उहदी धौण ते गोडा रख के कतल करता सी, इस तरह इस रणजीत सिंह जी जी तोहीन की गई उसकी तहकीकात कर और उल्टा परचा भी ये दर्ज किया गया जेल के सुट दिता गया। ये सारे मसले के उत्ते हाउस कमेटी जी मंजूरी दे दी है स्पीकर पंजाब विधानसभा ने और ये नाल दुख की गल गया वा जिदे बीजेपी की किसान अंदोलन लैके जो अवज्ञा की गई किसानों की जो मंगा जड़िया रखिया गई किसानों वालों वो प्रवान होनिया चाहिए, तिने काले कानून रद्द होने चाहिए, ये सारी गल का जो प्रस्ताव एक सांझा यूनैनिमस मता जाना चाहिए सीगा, उस तो पहला अकाली दल ते आम आदमी पार्टी कोई बहाने साजी करके सदन विचों भज के भाव के वो इस प्रस्ताव का हिस्सा नहीं बने। और लास्ट में किहड़ा जिहड़ा मसला एक असी उठाया सीगा कि सारे सूबे में लैंड एक्विजिशन लैके बहुत आवाजा उठ रही ने, दिल्ली कटड़ा एक्सप्रैसवे लैके संघर्ष कमेटी बैठी है, सिर्फ 9 लाख रुपया एकड़ का कीमत दी जा रही है और लुधियाने में जी रिंग रोड बन रही है वो 3 पिंड जोड़े ने पद्दी और भगवानपुर ते दबुरजी उन्होंने किसानों दी जमीन महज 25 लाख रुपया, हालांकि इंडस्ट्रियल एरिया वा इंडस्ट्री ते फैक्ट्री लगी हुई है, उन्होंने जमीन बिचों पाड़ के उन्होंने जोड़ा टक्के अक्वायर करके तो बिल्कुल घट कीमत दिखाई जा रही, ये सारे मुद्दे अज पंजाब की विधानसभा के बड़े जोरदार तरीके जीरो आवर में जीरो आवर तो बाहर उठाए गए। ब्रेकिंग न्यूज रास बसेरा आपके लिए लेकर आए हैं खास मौका, वो भी हरियाणा सरकार की अफोर्डेबल हाउसिंग योजना के साथ, जिसके तहत आपको मिलेगी 6 लाख रुपए तक की सुविधाओं के रूप में सब्सिडी, जैसे कि फ्री पार्किंग, ईडीसी आईडीसी फ्री, क्लब चार्जेस फ्री और मेंटेनेंस फ्री और कोई हिडन चार्जेस भी नहीं। तो आज ही बिना देर किए अपने सपनों का घर बुक कर।